ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਲੰਧਰ ਵਿੱਚ ਕਿਸਾਨਾਂ ਤੇ ਸਿੱਖ ਤਾਲਮਿਲ ਕਮੇਟੀ ਵੱਲੋਂ ਗੁਰੂ ਨਾਨਕ ਮਿਸ਼ਨ ਚੌਂਕ ਨਜ਼ਦੀਕ ਰिलायंस ਜੁਐਲਰਸ ਦੇ ਸ਼ੋਰੂਮ ਨੂੰ ਬੰਦ ਕਰਵਾਇਆ ਗਿਆ। ਜਥੇਬੰਦੀ ਆਗੂ ਨੇ ਕਿਹਾ ਹੈ ਕਿ ਮੋਦੀ ਜੋ ਵੀ ਫੈਸਲੇ ਲੈ ਰਿਹਾ ਹੈ ਉਹਨਾਂ ਦੇ ਪਿੱਛੇ ਅੰਬਾਨੀ ਅਡਾਨੀ ਦਾ ਹੱਥ ਹੈ। ਉਹਨਾਂ ਕਹੇ ਕਿ ਜੋ ਖੇਤੀ ਕਾਨੂੰਨ ਬਣਾਏ ਗਏ ਹਨ ਉਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਨੂੰ ਵੱਡਾ ਨੁਕਸਾਨ ਹੋਵੇਗਾ। ਮੋਦੀ ਸਾਹ ਤੇ ਉਹਨਾਂ ਦੇ ਪੁਤਲਾ ਨੇ ਉਹਨਾਂ ਦਾ ਰਿਮੋਟ ਨੇ ਕਿ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਨੇ ਮੋਦੀ ਨੂੰ ਅੱਗੇ ਲਿਆ ਸਾਰੇ ਜੋ ਕਾਨੂੰਨਾਂ ਨੇ ਉਹ ਆ ਬਣਾ ਰਿਹਾ ਹੈ। ਉਹਨਾਂ ਦਾ ਜਿਹੜਾ ਇਹਦੇ ਨਾਲ ਜਿਹੜਾ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਆ ਇਹ ਕੱਲੇ ਕਿਸਾਨ ਨਹੀਂ ਮਰਨੇ ਇਹਨਾਂ ਨੇ ਕਿਸਾਨਾਂ ਕੋਲੋਂ 10 ਰੁਪਏ ਕਣਕ ਦੇ 20 ਰੁਪਏ ਕਣਕ ਲੈ ਕੇ ਤੁਹਾਨੂੰ ਆਟਾ 200 ਰੁਪਏ ਕਿਲੋ ਵੇਚਣਾ ਇਹਨਾਂ ਨਾਲ ਹਰ ਵਰਗ ਨੂੰ ਫਰਕ ਪੈਣਾ ਹੈ ਅਸੀਂ ਅਸੀਂ ਨਹੀਂ ਚਾਹੁੰਦੇ ਵੀ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਧੱਕਾ ਆ ਕੇ ਇਸ ਤਰ੍ਹਾਂ ਸਾਰਾ ਜਿਹੜਾ ਸਰਕਲ ਖਰਾਬ ਹੋਵੇ ਇਹਨਾਂ ਸਾਰੇ ਦੁਕਾਨਦਾਰ ਵਰਕਰ ਜਿੰਨੇ ਵੀ ਲੇਬਰ ਦੇ ਬੰਦੇ ਆ ਸਾਰਿਆਂ ਨੂੰ ਹਸਾਨ ਹੋਣਾ ਅਸੀਂ ਅਸੀਂ ਕਿਸਾਨਾਂ ਦੇ ਨਾਲ ਆ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਕੋਈ ਵੀ ਇਹਨਾਂ ਦਾ ਰਿਲਾਇੰਸ ਦਾ ਕੋਈ ਵੀ ਕੰਮ ਨਹੀਂ ਖੋਲੰਦਾ ਚਾਹੇ ਪ੍ਰੋਬਲਮਾਂ ਇਹ ਮਸਲਾ ਜੀ ਇਹ ਹੈ ਵੀ ਜਿਹੜਾ ਰਿਲਾਈਐਂਸ ਜਿਹੜਾ ਵੀ ਜਿੰਨੀਆਂ ਵੀ ਰਿਲਾਈਐਂਸ ਦੀਆਂ ਆਊਟਲੈਟ ਨੇ ਚਾਹੇ ਔਰਲਾਈਐਂਸ ਟ੍ਰੈਂਡ ਹੈ 에ਅਰਲਾਈਐਂਸ ਟ੍ਰੈਂਡ ਤੇ ਆਪਾਂ ਖੜੇ ਆ ਉਹ ਸਾਹਮਣੇ ਰਿਲਾਈਐਂਸ ਜੁਵੇਲਸ ਹੈ ਰਿਲਾਈਐਂਸ ਦੇ ਪੰਪ ਹੈ ਰਿਲਾਈਐਂਸ ਦੇ ਆਪਣਾ ਦਾ ਫਰੈਸ਼ ਫਾਰਮ ਦੀਆਂ ਬੜੀਆਂ ਆਊਟਲੈਟ ਨੇ ਰਿਲਾਈਐਂਸ ਜੀਓ ਦੇ ਆਊਟਲੈਟ ਨੇ ਅਸੀਂ ਉਹ ਸਾਰੇ ਦੇ ਸਾਰੇ ਜਿੰਨੇ ਵੀ ਰਿਲਾਈਐਂਸ ਨਾਲ ਰਿਲੇਟਡ ਹੈ ਉਹ ਅਸੀਂ ਬੰਦ ਕਰਾਏ ਆ ਕਿਉਂ ਕਰਾਏ ਆ ਕਿਉਂਕਿ ਜਿਹੜੇ ਵੀ ਇਹ ਤਿੰਨ ਕਾਨੂੰਨ ਜਿਹੜੇ ਸਰਕਾਰ ਨੇ ਸਾਡੇ ਤੇ ਥੋਪੇ ਆ ਨਾ ਇਹ ਕਾਨੂੰਨਾਂ ਦਾ ਸਿੱਧੰ ਸਿੱਧਾ ਬੈਨੀਫਿਟ ਜਿਹੜਾ ਹੈ ਉਹ ਰਿਲਾਈਐਂਸ ਨੂੰ ਅੰਬਾਨੀ ਨੂੰ ਤੇ ਅਡਾਨੀ ਨੂੰ ਹੈ ਅਸੀਂ ਉਹਨਾਂ ਨੂੰ ਅੰਬਾਨੀ ਤੇ ਅਡਾਨੀ ਨੂੰ ਹੀ ਇਹ ਚੀਜ਼ ਦਾ ਦੱਸਣਾ ਚਾਹੁੰਦੇ ਆਂ ਵੀ ਜੇ ਤੁਸੀਂ ਸਾਡੂੰ ਕੁਚਲਣ ਨੂੰ ਜਾਂ ਸਾਨੂੰ ਮਾਰਨ ਨੂੰ ਸੋਚ ਰੱਖੋਗੇ ਤੇ ਅਸੀਂ ਤੁਹਾਡਾ ਕੋਈ ਵੀ ਆਊਟਲੈਟ ਨਹੀਂ ਚੱਲਣ ਦੇਣਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜਿੰਨਾ ਚਿਰ ਤੱਕਰ ਕਿਸਾਨਾਂ ਦੇ ਹੱਕ 'ਚ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਤੱਕਰ ਕਿਉਂਕਿ ਅਸੀਂ ਜਲੰਧਰ ਤੋਂ ਆਂ ਅਸੀਂ ਜਲੰਧਰ ਦੀਆਂ ਸਿੱਖ ਤਾਲਮੇਲ ਕਮੇਟੀ ਤੋਂ ਹੋਰ ਜਥੇਬੰਦੀਆਂ ਤੋਂ ਜਲੰਧਰ ਦੀ ਜ਼ਿੰਮੇਵਾਰੀ ਅਸੀਂ ਜ਼ਰੂਰ ਲਾਂਗੇ ਵੀ ਅਸੀਂ ਇੱਥੇ ਰਿਲਾਇੰਸ ਦੀ ਕੋਈ ਵੀ ਆਊਟਲੈਟ ਜਿਹੜਾ ਉਹਨੂੰ ਨਾ ਖੁੱਲਣ ਦਈਏ ਹੋਰ ਮੈਂ ਤੁਹਾਡੇ ਮੀਡੀਆ ਦੇ ਰਾਈਮੈਂ ਤੁਹਾਡੇ ਸਾਰਿਆਂ ਹੋਰ ਸੂਬਿਆਂ ਦੇ ਵਿੱਚ ਹੋਰ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨਾ ਕਿ ਆਪੋ ਆਪਣੇ ਜ਼ਿਲ੍ਹੇ ਵਿੱਚ ਆਪੋ ਆਪਣੇ ਏਰੀਏ 'ਚ ਆਪਾਂ ਪਹਿਰੇਦਾਰੀ ਦਈਏ ਇਹਨਾਂ ਦੇ ਨੱਕ 'ਤੇ ਪੂਰਾ ਦਮ ਕਰੀਏ ਤਾਂ ਇਹ ਜਾ ਕੇ ਕਿਤੇ ਉਹਨੂੰ ਮੋਦੀ ਦੇ ਕੰਨਾਂ ਦੇ ਵਿੱਚ ਮੜੀ ਜੀ ਪਾਉਣ ਗੱਲ ਵੀ ਨਹੀਂ ਤੂੰ ਇਸ ਗੱਲ ਤੋਂ ਪਿੱਛੇ ਹਟ ਆਪਾਂ ਨੂੰ ਕਿਸਾਨਾਂ ਦੇ ਹੱਕ ਦਾ ਫੈਸਲਾ ਕਰੀਏ ਤੇ ਜਿਹੜਾ ਦੇਸ਼ ਖੁਸ਼ਹਾਲ ਹੋ ਜੇ ਔਰ ਇਹ ਵੀ ਗੱਲ ਕਹਿ ਰਿਹਾ ਜਦੋਂ ਕਿਸਾਨਾਂ ਦੇ ਹੱਕ 'ਚ ਇਹ ਫੈਸਲਾ ਹੋ ਗਿਆ ਇਹ ਦੇਸ਼ ਇਹ ਰਿਲਾਇੰਸ ਇਹ ਆਪਣੇ ਆਪ ਵੀ ਖੁਸ਼ਹਾਲ ਹੋ ਜਾਣਗੇ ਇਹ ਕਿਸੇ ਨੂੰ ਮਾਰੂ ਨੀਤੀ ਦੇ ਨਾਲ ਜੇ ਸੋਚਣਗੇ ਵੀ ਦੇਸ਼ ਚਲਾਣਾ ਤੇ ਇਦਾਂ ਨਹੀਂ ਚੱਲਣਾ ਕਟੋ-ਕਟ ਅਸੀਂ ਜਿੰਨਾ ਚਿਰ ਜੀਂਦੇ ਆ ਜਿੰਨਾ ਚਿਰ ਸਾਡੇ ਅੰਦਰ ਸਵਾਸ ਨੇ ਅਸੀਂ ਇਹਨਾਂ ਨੂੰ ਇਹ ਰਿਲਾਇੰਸ ਇਦਾਂ ਨਹੀਂ ਚਲਾਣ ਦੇਣੀ ਜਲੰਧਰ ਤੋਂ ਰਵੀ ਗਿਲਦੀਪੁਰ ਪੁੱਤ ਉਮੀਦੀ ਆਖਰੀ ਕਿਰਨ ਮੀਆਂ ਰਹਿਮਤ ਅਲੀ वशीकरण स्पेशलिस्ट हर जगह तो निराश लोग एक बार जरूर फोन करो स्पेशलिस्ट लव मैरिज लॉटरी नंबर पति पत्नी च अनवर मनचाहा प्यार सास नु नौकरी कारोबार च काटा कोर्ट कचहरी कर्जे तो छुटकारा कित्ता कराया शत्रु दुश्मन तो छुटकारा विदेश यात्रा पीआर ले संपर्क करो वर्ल्ड फेमस मियां रहमत अली मोबाइल नंबर +917877245655